ਦੇਖੋ ਜੀ, ਜੋ ਪੰਜਾਬ ਨੂੰ ਅੱਜ ਬਦਲਾਵ ਤੇ ਨੌਂ ਤੇ ICU ਚ ਲਾਤਾ ਭਗਵੰਤ ਨੇ, ਉਸ ਕਰਕੇ ਲੋੜ ਪਈ ਹੈ। ਪੰਜਾਬ ਅੱਜ ਦਿੱਲੀ ਨੂੰ ਗਿਰਵੀ ਰੱਖਤਾ ਗਿਆ। ਪੰਜਾਬ ਦਾ ਮੁੱਖ ਮੰਤਰੀ ਰਿਮੋਟ ਕੰਟਰੋਲ ਨਾਲ ਚੱਲਦਾ। ਪੰਜਾਬੀ ਜਿਹੜੇ ਦੇਸ਼ ਲਈ ਸਭ ਤੋਂ ਵੱਧ ਅੰਨ ਦੇਣ, ਸਭ ਤੋਂ ਵੱਧ ਕੁਰਬਾਨੀਆਂ ਦੇਣ, ਉਹ ਰਿਮੋਟ ਕੰਟਰੋਲ ਰਾਹੀਂ ਨਹੀਂ ਚੱਲ ਸਕਦੇ। ਔਰ ਪੰਜਾਬ ਨੂੰ ਕੋਈ ਸ਼ਰਾਬੀ ਜਿਹੜੀ ਜਿਹਨੂੰ ਸਮਝ ਕੋਈ ਨਹੀਂ, ਜਿਹਨੂੰ ਸਿਰਫ ਤੇ ਸਿਰਫ ਸ਼ਰਾਬ ਦੀ ਲੱਤ ਚੜ੍ਹੀ ਹੈ, ਉਹ ਪੰਜਾਬ ਨੂੰ ਨਹੀਂ ਗਵਰਨ ਕਰ ਸਕਦਾ। ਅੱਜ ਭਗਵੰਤ ਭਜਾਓ, ਪੰਜਾਬ ਬਚਾਓ। ਕਿਉਂਕਿ ਜਿੰਨਾ ਨੁਕਸਾਨ ਪੰਜਾਬ 'ਤੇ ਕਰਜ਼ਾ ਚੜ੍ਹਾ ਕੇ, ਪੰਜਾਬ ਦੇ ਲੋਅ ਐਂਡ ਆਰਡਰ ਨੂੰ ਲੈ ਕੇ, ਪੰਜਾਬ ਦੇ ਜੋ ਹਾਲਾਤ ਬਣ ਗਏ ਹੈ ਕਿ ਇੰਡਸਟਰੀ ਛੱਡ ਕੇ ਜਾ ਰਹੀ ਹੈ, ਇੰਪਲਾਈਮੈਂਟ ਮਿਲ ਨਹੀਂ ਰਹੀ, ਪੰਜਾਬ 'ਚ ਕੋਈ ਵੱਡਾ ਨਿਵੇਸ਼ ਕਰਕੇ ਰਾਜ਼ੀ ਨਹੀਂ। ਇਹਨਾਂ ਨੇ ਇੰਡਸਟਰੀ ਸਮਿਟ ਰੱਖਿਆ, ਅੰਬਾਨੀ ਵਰਗੇ ਇਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਗਏ। ਇਹ ਅਸਲੀਅਤ ਹੈ। ਸੋ ਮੁਲਾਜ਼ਮ ਦੇ ਮੁੱਦੇ, ਖੇਤ ਮਜ਼ਦੂਰਾਂ ਦੇ ਮੁੱਦੇ, ਵਾਹਗਾ ਅਟਾਰੀ ਬਾਰਡਰ ਤੋਂ ਟ੍ਰੇਡ ਸ਼ੁਰੂ ਹੋਵੇ, ਇਹ ਵੱਡਾ ਮੁੱਦਾ, ਉਸ ਮੁੱਦੇ ਦਾ ਜ਼ਿਕਰ ਕੋਈ ਨਹੀਂ। ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਗੱਲ ਇਹ ਕੇਜਰੀਵਾਲ ਸਾਹਿਬ ਕਰਦੇ ਹੁੰਦੇ ਸੀ, ਕਹਿੰਦੇ ਜੇ ਸੈਂਟਰ ਨਾ ਦਊ ਤਾਂ ਮੈਂ ਦਊਂਗਾ। ਕਿੱਥੇ ਗਿਆ ਭਾਈ? ਤੁਸੀਂ ਤਾਂ ਮੁਆਵਜ਼ਾ ਨਹੀਂ ਦਿੰਦੇ ਗੜੇਮਾਰੀ ਦਾ, ਬਰਸਾਤ ਦਾ। ਹਾਲਾਤ ਇਹ ਹੋ ਗਏ ਕਿ ਅੱਜ ਕਿਸਾਨ ਖੁਦਕੁਸ਼ੀ ਕਰ ਰਿਹਾ, ਖੇਤ ਮਜ਼ਦੂਰ ਖੁਦਕੁਸ਼ੀ ਕਰ ਰਿਹਾ, ਇੰਡਸਟਰੀ ਪੰਜਾਬ ਨੂੰ ਛੱਡ ਕੇ ਭੱਜ ਰਹੀ ਹੈ, ਲੋਅ ਐਂਡ ਆਰਡਰ ਹੈ ਕੋਈ ਨਹੀਂ, ਮੁਲਾਜ਼ਮਾਂ ਨੂੰ TADA ਨਹੀਂ ਮਿਲ ਰਿਹਾ, ਜਿਹੜੇ ਰਿਟਾਇਰ ਹੋ ਗਏ ਉਹਨਾਂ ਨੂੰ ਗ੍ਰੈਚੁਟੀ ਨਹੀਂ ਮਿਲ ਰਹੀ, ਡਿਵੈਲਪਮੈਂਟ ਠੱਪ, ਕਰਜ਼ਾ 65,000 ਕਰੋੜ। ਅੱਜ ਵੀ ਜਿਵੇਂ ਮੈਂ ਖਲੋਤਾ ਤੁਹਾਡੇ ਸਾਹਮਣੇ, 800 ਕਰੋੜ ਬਿਜਲੀ ਬੋਰਡ ਨੇ ਨਵਾਂ ਕਰਜ਼ਾ ਲੈ ਲਿਆ। ਸੋ ਪੰਜਾਬ ਇਜ਼ ਇਨ ਟ੍ਰਬਲ, ਪੰਜਾਬ ICU 'ਚ ਹੈ, ਔਰ ਪੰਜਾਬ ਨੂੰ ਬਚਾਉਣਾ। ਪੰਜਾਬ ਦੀ ਖੇਤਰੀ ਪਾਰਟੀ, ਪੰਜਾਬ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਉਠਾ ਰਹੀ ਹੈ, ਬਾਕੀ ਫੈਸਲਾ ਲੋਕਾਂ ਦਾ। ਦੇਖੋ, ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਸ ਤਰੀਕੇ ਨਾਲ ਅੱਜ ਹਾਊਸ ਅਰੈਸਟ ਕੀਤਾ, ਮੈਂ ਇਸ ਨੂੰ ਕੰਡੈਮ ਕਰਦਾ। ਇਹ ਕੋਈ ਸੱਦਾਮ ਹੁਸੈਨ ਦਾ ਰਾਜ ਨਹੀਂ ਹੈ, ਇਹ ਲੋਕਤੰਤਰ ਹੈ, ਔਰ ਲੋਕਤੰਤਰ 'ਚ ਵਿਰੋਧੀ ਪਾਰਟੀ ਦੇ ਲੀਡਰ ਲੋਕਾਂ ਦੇ ਮੁੱਦੇ ਸਰਕਾਰ ਨੂੰ ਜਗਾਉਣ ਦੀਆਂ ਗੱਲਾਂ ਕਰਦੇ ਆ। ਔਰ ਮੁੱਦਾ ਬੜਾ ਸਿੰਪਲ ਸੀ ਕਿ ਇੱਕ ਇਨਸਾਨ 'ਤੇ ਬਾਰ ਬਾਰ ਪਰਚੇ ਪਾਏ ਜਾ ਰਹੇ ਆ, ਰੋਜ਼ ਇੱਕ ਨਵਾਂ ਪਰਚਾ ਪੈਂਦਾ, ਉਸ ਨੂੰ ਲੈ ਕੇ ਉਹਨਾਂ ਨੇ ਪ੍ਰੋਟੈਸਟ ਰੱਖਿਆ ਸੀ, ਅੱਜ ਉਹਨਾਂ ਨੂੰ ਹਾਊਸ ਅਰੈਸਟ ਕਰ ਲੈਣਾ ਗਿਆ। ਇਹ ਸਾਫ਼ ਦਿਖਾਉਂਦਾ ਕਿ ਐਮਰਜੈਂਸੀ ਵਾਲੇ ਹਾਲਾਤ, ਕਾਂਗਰਸ ਨਾਲ ਗੱਠਜੋੜ ਤਾਂ ਹੋਇਆ ਨਹੀਂ, ਮਗਰ ਕਾਂਗਰਸ ਦੀ ਮਾਨਸਿਕਤਾ ਜ਼ਰੂਰ ਅੱਜ ਦੇਖਣ ਨੂੰ ਮਿਲ ਗਈ। 80 ਸਾਲਾ ਸਰਦਾਰ ਮਾਨ ਨੂੰ ਹਾਊਸ ਅਰੈਸਟ ਕਰਨਾ, ਮੈਂ ਸਮਝਦਾ ਡੈਮੋਕ੍ਰੇਸੀ ਦਾ, ਲੋਕਤੰਤਰ ਦਾ ਸਭ ਤੋਂ ਵੱਡਾ ਕਾਰਨ ਹੈ, ਔਰ ਭਗਵੰਤ ਮਾਨ ਦੀ ਸਭ ਤੋਂ ਵੱਡੀ ਬਕਲਾਹਟ ਹੈ ਕਿ ਅੱਜ ਇਹੋ ਜਿਹੇ ਹਾਲਾਤ ਪੈਦਾ ਹੋ ਰਹੇ ਆ। ਚੰਗੀ ਗੱਲ ਹੈ, ਹੁਣ ਮਜੀਠੀਏ ਤੋਂ ਤਾਂ ਉੱਤਰ ਕੇ ਗਾਂ PA 'ਤੇ ਆ ਗਏ, ਗਾਂ ਹੌਲੀ ਹੌਲੀ ਮੈਨੂੰ ਲੱਗਦਾ ਤੁਹਾਨੂੰ ਨਾ ਸੱਦ ਲੈਣ ਕਿ ਤੁਸੀਂ ਵੀ ਸਵਾਲ ਪੁੱਛਿਆ ਜੀ। ਇਸ ਲਈ ਇਹ ਹਾਲਾਤ ਨੇ ਕਿ SIT ਸ਼ੁਰੂ ਹੋਈ ਸੀ DGP ਤੋਂ, ਡਿੱਗ ਗਈ ਉਹਨੇ ਧੂਰੀ ਦੇ SP 'ਤੇ, ਅਤੇ ਜਦ ਪੱਧਰ ਏਡਾ ਡਿੱਗ ਗਿਆ ਤਾਂ ਕੁਛ ਹੋ ਸਕਦਾ ਭਰਾ। ਕਿੱਥੇ ਦੇਖੋ, ਇਹ ਜਿਹੜੇ SSP ਸਾਹਿਬ ਨੇ ਨਾ ਪਟਿਆਲੇ ਵਾਲੇ,
ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ, ਮਗਰ ਅਫਸੋਸ ਨਾਲ ਉਹਨਾਂ ਦੀ ਕਾਰਗੁਜ਼ਾਰੀ, ਹਿੱਟਮੈਨ ਹੁੰਦਾ ਨਾ ਇੱਕ ਜਿਹੜਾ ਭਗਵੰਤ ਮਾਨ ਦਾ ਸਭ ਤੋਂ ਵੱਡਾ ਹਿੱਟਮੈਨ ਸਾਬਿਤ ਹੋ ਰਿਹਾ। ਕੇਬਲ ਆਪਰੇਟਰਾਂ 'ਤੇ ਜਿਸ ਤਰੀਕੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉਹ SSP ਨੂੰ ਦਿਖਦੀ ਨਹੀਂ। ਦਿਨ ਦਿਹਾੜੇ ਪਿਛਲੇ 2 ਦਿਨਾਂ 'ਚ ਇੱਕ ਪਾਸੀ ਰੋਡ 'ਤੇ, ਇੱਕ ਜਗ੍ਹਾ ਹੋਰ, ਚੰਗੇ ਭਲੇ ਜਿੱਥੇ IAS ਅਫਸਰ ਰਹਿੰਦੇ ਆ, ਜੱਜ ਸਾਹਿਬਾਨ ਰਹਿੰਦੇ, ਉੱਥੇ ਦਿਨ ਦਿਹਾੜੇ ਉਸ 2 ਨੌਜਵਾਨਾਂ ਨੂੰ ਮਾਰਤਾ ਗਿਆ, ਰੈਂਸਮ ਹੋ ਗਈ ਹੈ, ਟਾਰਗੇਟਿਡ ਕਿਲਿੰਗ ਹੋ ਗਈ ਹੈ। SSP ਸਾਹਿਬ ਨੂੰ ਉਹ ਦਿਖਦਾ ਨਹੀਂ, ਮਗਰ ਜਦੋਂ ਸੂਟ ਸ਼ਾਪਿੰਗ ਕਰਾਉਣੀ ਹੋਵੇ CM ਦੇ ਪਰਿਵਾਰ ਦੇ ਕਿਸੇ ਜੀ ਨੂੰ, ਫਿਰ ਇਹਨੂੰ ਸੂਟ ਦੇ ਰੰਗ ਵੀ ਪਸੰਦ ਆ ਜਾਂਦੇ ਆ, ਇਹਨੂੰ ਪਤਾ ਲੱਗ ਜਾਂਦੇ ਆ, ਡਿਜ਼ਾਈਨ ਵੀ ਇਹ ਦੱਸਦਾ। ਅਤੇ ਜਦੋਂ MLA ਜਿਹੜਾ ਪਟਿਆਲੇ ਦਾ, ਉਹਨੂੰ ਖੁਸ਼ ਕਰਨਾ ਕਿ ਕੇਬਲ 'ਤੇ ਕਬਜ਼ਾ ਕਰਾਉਣਾ, ਉਦੋਂ ਬੜਾ ਮੈਂ ਵੇਖਿਆ ਨੌਵੈਣ ਤੱਤਪਰ ਹੋ ਜਾਂਦਾ। ਸੋ ਦਿਸ ਸ਼ੋਜ਼ ਕਿ ਲਾਅ ਐਂਡ ਆਰਡਰ ਉਹਨਾਂ ਲਈ ਮੁੱਦਾ ਨਹੀਂ, CM ਨੂੰ, CM ਫੈਮਿਲੀ ਨੂੰ ਖੁਸ਼ ਰੱਖਣਾ ਔਰ ਕੁਰਸੀ 'ਤੇ ਬਣੇ ਰਹਿਣਾ, ਇਹ ਅੱਜ ਦੇ ਹਾਲਾਤ ਪੰਜਾਬ ਦੇ ਬਣ ਗਏ, ਇਸ ਲਈ ਲਾਅ ਐਂਡ ਆਰਡਰ ਦੇ ਐਡੇ ਮਾੜੇ ਹਾਲਾਤ ਨੇ। ਮਾਨ ਸਾਹਿਬ ਗਾਣਾ ਗਾਉਂਦੇ ਨੇ, ਰਾਗ ਲਾਪਦੇ ਨੇ, ਦੂਜੇ ਪਾਸੇ ਪੰਜਾਬ ਦੇ ਵਿੱਚ ਤੁਸੀਂ ਦੱਸ ਦਿਓ ਕਿ ਕਿਸ ਤਰ੍ਹਾਂ ਤਰ੍ਹਾਂ ਲੋਕ ਕਰ ਰਹੇ ਆ। ਗਾਣਾ ਗਾਇਆ ਸੀ, ਤੁਹਾਨੂੰ ਲੱਗਦਾ ਨਹੀਂ, ਤੁਹਾਨੂੰ ਲੱਗਦਾ ਉਹ ਗਾਣਾ ਸੀ? ਮੈਨੂੰ ਲੱਗਦਾ ਕਿ ਮੁਹੰਮਦ ਰਫੀ ਵਰਗੇ ਆਪਦੀ ਕਬਰਾਂ 'ਚੋਂ ਛਾਲਾਂ ਮਾਰਦੇ ਹੋਣੇ ਕਿ ਕੀ ਹਾਲਾਤ ਬਣਾ ਤੇ, ਕਿਹੜਾ ਕਿਹੜਾ ਸੁਰ ਅਤੇ ਕਿਹੜੀ ਤਾਲ। ਮੈਂ ਲੱਗਦਾ ਮਾਨ ਗੁਰਸਾਹਿਬ ਗੁਰਦਾਸ ਮਾਨ ਹੋਰਾਂ ਦੇ ਛੱਲੇ ਦੀ ਜਿੱਡੀ ਇਹੀ ਤਹੀ ਫੇਰੀ ਜਾ ਸਕਦੀ ਸੀ, ਉਹ ਉਹਨੇ ਫੇਰਤੀ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਚੰਨੀ ਕੱਲ੍ਹ ਬੋਲ ਹੀ ਗਿਆ ਨਾ, ਚੰਨੀ ਸਾਹਿਬ ਕੱਲ੍ਹ ਕਹਿੰਦੇ, ਸਾਬਕਾ ਮੁੱਖ ਮੰਤਰੀ ਕਹਿੰਦਾ 26 ਜਨਵਰੀ ਦੇ ਦਿਨ ਲੋਕ ਸੂਬੇ ਦੀਆਂ ਉਪਲਬਧੀਆਂ ਗਿਣਾਉਂਦੇ ਆ, ਜਿਹੜਾ ਸੰਘਰਸ਼ ਦੇਸ਼ ਲਈ ਕੀਤਾ ਉਹਦੀ ਗੱਲ ਕਰਦੇ ਆ, ਜਿਨ੍ਹਾਂ ਨੇ ਕੁਰਬਾਨੀ ਦਿੱਤੀ ਉਹਦਾ ਜ਼ਿਕਰ ਹੁੰਦਾ, ਅਤੇ ਇੱਥੇ ਕਹਿੰਦਾ ਭਗਵੰਤ ਮਾਨ ਆਪਦੀ ਉਪਲਬਧੀ ਗਿਣਾਈ ਗਿਆ। ਮੈਂ ਤਾਂ ਚੰਨੀ ਸਾਹਿਬ ਨੂੰ ਪੁੱਛਣਾ ਚਾਹੁੰਦਾ, ਇਹਨੇ ਕਿਹੜਾ ਸੰਘਰਸ਼ ਕੀਤਾ ਇਹ ਵੀ ਦੱਸੋ ਨਾ, ਇੱਕ ਤਾਂ ਬੋਤਲ ਨਾਲ ਸੰਘਰਸ਼ ਹੈ ਇਹਦਾ। ਦੇਖੋ ਮੈਂ ਸਭ ਤੋਂ ਪਹਿਲਾਂ ਦਿੱਤੀ, ਤੁਸੀਂ ਭੁੱਲ ਗਏ, ਰਿਕਾਰਡ ਕੱਢੋ ਆਪਦਾ। ਸਭ ਤੋਂ ਪਹਿਲਾਂ ਮੈਂ ਹੀ ਤੁਹਾਨੂੰ ਦੱਸਿਆ ਜੀ, ਅੱਜ ਮੈਂ ਨਵੀਂ ਬ੍ਰੇਕਿੰਗ ਤੁਹਾਨੂੰ ਦੇ ਰਿਹਾ, ਇਹਨੂੰ ਇਹ ਇੰਨੀ ਸ਼ਰਾਬ ਪੀਣ ਲੱਗ ਗਿਆ। ਦੇਖੋ ਪਰਿਵਾਰ 'ਚ ਵਾਧਾ ਹੋ ਰਿਹਾ, ਇਹਦੀ ਜ਼ਿੰਮੇਵਾਰੀ ਵੱਧ ਰਹੀ ਹੈ। 2 ਪਿਛਲੇ ਨਿਆਣੇ ਤਾਂ ਭੁੱਲ ਗਏ, ਪਿਛਲੇ 2 ਨਿਆਣਿਆਂ ਨੂੰ ਤਾਂ ਭੁਲਾ ਦਿੱਤਾ ਇਹਨਾਂ ਨੇ, ਉਹਨਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ। ਜਿਹੜਾ ਤੀਜਾ ਆ ਰਿਹਾ, ਭਗਵੰਤ ਜੀ ਤੁਹਾਨੂੰ ਆ ਜੋ ਹੱਥ ਜੋੜੇ, ਉਹਦੇ ਸਾਹਮਣੇ ਕਿਹੜੀ ਤਸਵੀਰ ਪੇਸ਼ ਕਰੋਗੇ? ਉਹੀ ਜਿਹੜੇ ਪਹਿਲਾਂ 2 ਕੋਲ ਅੱਗੇ ਕੀਤੀ ਕਿ ਸਾਡਾ ਪਿਓ ਡੈਡੀ ਇਹਨਾਂ ਦਾ ਭਗਵੰਤ ਮਾਨ ਬੋਤਲ ਦੀ ਸ਼ਰਾਬ ਨਾਲ ਸਾਰਾ ਦਿਨ ਰੱਜਿਆ ਰਹਿੰਦਾ, ਉਹਨੂੰ ਪਤਾ ਹੀ ਨਹੀਂ ਰਹਿੰਦਾ ਸੀ। ਔਰ ਜੇ ਇਹੀ ਹਾਲਾਤ ਰਹੇ, ਇਹਦਾ ਇਲਾਜ ਚੱਲ ਰਿਹਾ, ਲਿਵਰ ਸਰੋਸਿਸ ਦੀ ਬੜੀ ਸੀਰੀਅਸ ਪ੍ਰੋਬਲਮ ਹੈ ਮੁੱਖ ਮੰਤਰੀ ਸਾਹਿਬ ਨੂੰ। ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਅਪੀਲ ਕਰਦਾ, ਅੱਜ ਹਮਦਰਦੀ ਬਣ ਕੇ ਕਰਦਾ, ਕਿ ਜੇ ਇਸ ਸੰਸਾਰ 'ਚ ਕਿਸੇ ਜੀ ਦਾ ਪਰਿਵਾਰ 'ਚ ਤੁਹਾਡਾ ਵਾਧਾ ਹੋ ਰਿਹਾ, ਤਾਂ ਫਿਰ ਨਾਲ ਰਿਸਪੋਂਸੀਬਿਲਿਟੀ ਵੀ ਬਣਦੀ ਹੈ। ਇਹ ਨਾ ਹੋਵੇ ਜੋ ਤੁਸੀਂ ਸ਼ਰਾਬ ਪੀ ਕੇ ਆਪਦੇ ਸਰੀਰ ਦਾ ਜੋ ਹਾਲਾਤ ਬਣਾਏ ਆ, ਲਿਵਰ ਸਰੋਸਿਸ ਵਰਗੀ ਬਿਮਾਰੀ ਤੁਹਾਨੂੰ ਚਿੰਬੜ ਗਈ ਹੈ, ਇਲਾਜ ਤੁਸੀਂ ਲੁੱਕ ਛਿਪ ਕੇ ਜਾਂ ਤਾਂ ਮੁਹੱਲਾ ਕਲੀਨਿਕ ਤੋਂ ਕਰਾਉਂਦੇ, ਉੱਥੋਂ ਤਾਂ ਕਰਾਉਂਦੇ ਨਹੀਂ, ਜਾ ਕੇ ਦਿੱਲੀ ਲੋੜਾ ਲੁੱਕ ਛਿਪ ਕੇ ਕਰਾਉਂਦੇ, ਡਾਕਟਰ ਮੈਨੂੰ ਦੱਸ ਦਿੰਦੇ ਹੁੰਦੇ ਆ। ਉਹ ਵਿਚਾਰੇ ਨਿਆਣੇ ਦੀ ਕੀ ਗਲਤੀ ਹੈ ਦੱਸੋ, ਜਿਹੜਾ ਇਹ ਸੰਸਾਰ 'ਚ ਆ ਰਿਹਾ, ਇਸ ਲਈ ਹੀ ਸ਼ੁੱਡ ਬੀ ਰਿਸਪੋਂਸੀਬਲ ਐਂਡ ਆਪਦੀ ਇਹ ਸ਼ਰਾਬ ਦੀ ਆਦਤ ਛੱਡ ਦੇਣ, ਫਿਰ ਕੀ ਐਕਸਾਈਜ਼ ਰੈਵਨਿਊ ਮਾੜਾ ਮੋਟਾ ਡਿੱਗ ਜੂਗਾ, ਇਹੀ ਹੋ ਨਾ। ਮੈਨੂੰ ਲੱਗਦਾ ਇਸੇ ਚੱਕਰ 'ਚ ਪੀ ਜਾਂਦਾ ਕਿ ਐਕਸਾਈਜ਼ ਦਾ ਰੈਵਨਿਊ ਨਾ ਕਿਤੇ ਡਿੱਗ ਜਾਏ, ਜੇ ਮੈਂ ਘੱਟ ਪੀਊਂਗਾ ਤਾਂ ਐਕਸਾਈਜ਼ ਦਾ ਰੈਵਨਿਊ ਘੱਟ ਜਾਣਾ, ਨਹੀਂ ਘੱਟ ਦਿੰਦੇ ਮਾਲ ਯਾਦ ਆ ਕਿ ਹੋਰ ਨੂੰ ਤੇਰੇ ਵਰਗਾ ਕੋਈ ਹੋਰ ਜੰਮ ਪਊ ਉੱਥੇ। ਬਾਅਦ ਤਰਸ ਕਰ ਆਪਦੇ ਨਿਆਣਿਆਂ 'ਤੇ ਔਰ ਇਹ ਕੰਮ ਛੱਡ ਦੇ ਔਰ ਆਪਦੀ ਸਿਹਤ ਦਾ ਧਿਆਨ ਕਰੇ।
ਚਲੋ ਵਿਰੋਧ ਤਾਂ ਆਪਦੇ ਪਾਸੇ ਰਹਿ ਗਈ, ਮਗਰ ਇਹ ਜ਼ਰੂਰੀ ਮੀਟਿੰਗ ਦਾ ਜਿਹੜਾ ਉਹਨਾਂ ਸੰਦੇਸ਼ ਦਿੱਤਾ ਇਹ ਟੈਸਟ ਨਾ ਕਰਾ ਕੇ, ਜਿਹੜਾ ਉਹਨਾਂ ਆਪੇ ਹੀ ਦੱਸਿਆ ਵੀ ਮੈਂ ਟੈਸਟ ਕਰਾ ਕੇ ਪਤਾ ਹੀ ਨਹੀਂ ਕੀਤਾ ਪਤਾ ਹੀ ਲੱਗ ਗਿਆ ਕੁੜੀ ਹੈ ਤੇ ਮੁੰਡਾ ਵਾ, ਕਹਿੰਦਾ ਤੁਹਾਨੂੰ ਹੈਰਾਨਗੀ ਹੋਊਗੀ। ਮੈਂ ਹੈਰਾਨ ਹੋ ਗਿਆ ਯਾਰ, ਪਹਿਲਾਂ ਤਾਂ ਹੈਰਾਨਗੀ ਇਹ ਹੋਈ ਕਿ ਇਹ ਕਿਹੜਾ 26 ਜਨਵਰੀ ਦਾ ਐਲਾਨ ਸੀ, ਮਤਲਬ ਇਹ ਕਿਹੜੀ ਕੁਰਬਾਨੀ ਸੀ, ਮਤਲਬ ਜਿਹਦਾ ਜਿਹੜਾ 26 ਜਨਵਰੀ ਦੀ ਸਟੇਜ ਤੋਂ ਐਲਾਨ ਕਰਨਾ ਪਿਆ। ਫਿਰ ਕਹਿੰਦਾ ਤੁਹਾਨੂੰ ਹੈਰਾਨਗੀ ਹੋ ਗਿਆ, ਗੈਰ ਕਾਨੂੰਨੀ ਹੈਰਾਨਗੀ ਕਾਹਦੀ ਆਉਣੀ ਹੈ। ਔਰ ਮੈਂ ਤੁਹਾਨੂੰ ਦੱਸਾਂ ਇਹਦੀ ਹਰਕਤ ਆ ਤਾਂ ਮੈਨੂੰ ਜਾਪਦਾ ਇਹਨੇ ਟੈਸਟ ਕਰਾ ਲਿਆ ਕੋਈ ਨਾ, ਇੱਥੇ ਤਾਂ ਪਰਚਾ ਹੋਣਾ ਚਾਹੀਦਾ ਜੋ ਇਹ ਗੱਲਾਂ ਕਰਦਾ, ਕਿਉਂਕਿ ਇੱਕ CM ਇਹ ਗੱਲ ਕਵੇ ਕਿ ਤੁਹਾਨੂੰ ਹੈਰਾਨਗੀ ਹੋਊਗੀ ਕਿ ਅਸੀਂ ਟੈਸਟ ਨਹੀਂ ਕਰਾਏ, ਜਿਸ ਦਾ ਲੈਂਗੁਏਜ ਆਫ ਦਾ CM। ਸੋ ਇਹਦੀਆਂ ਜਿੰਨੀਆਂ ਘੱਟ ਗੱਲਾਂ ਕਰੋ, ਤੁਹਾਨੂੰ ਅੱਜ ਲਈ ਬਹੁਤ ਖਬਰਾਂ ਮਿਲ ਗਈਆਂ।